ਬੀਬਾ ਸਤਵੰਤ ਕੌਰ ਜੀ, ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਹੋਣਹਾਰ ਬੇਟੀ, ਔਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਿੱਦਾਂ ਵਿਚਰਨਾ ਚਾਹੀਦਾ ਹੈ। ਮੈਂ ਕਹੀ ਕਿ ਇਹਨਾਂ ਨੇ ਜਾਤ ਤਾਂ ਸ਼ਹੀਦ ਭਾਈ ਬੇਅੰਤ ਸਿੰਘ ਦੀ ਪਤਨੀ ਬੀਬੀ ਬਿਰਲ ਕੌਰ ਖਾਲਸਾ ਵਿਚਰੀ ਸੀਗੀ ਆਪਣੇ ਜਿਉਂਦੇ ਜੀ, ਅਤੇ ਬੱਚੇ ਵੀ ਉਸ ਅੰਦਾਜ਼ 'ਚ ਵਿਚਰ ਰਹੀ ਹੈ। ਸੋ ਸਾਨੂੰ ਸਿੱਖਣ ਦੀ ਲੋੜ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਿੱਦਾਂ ਵਿਚਰੇ। ਜਦੋਂ ਬੀਬਾ ਸਤਵੰਤ ਕੌਰ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਦਾਨਾ, ਸ਼ਹੀਦਾਂ ਅਤੇ ਸ਼ਹਾਦਤ ਦੀਆਂ ਬਾਤਾਂ ਪਾਈਆਂ ਜਾ ਰਹੀਆਂ ਹਨ। ਸ਼ਹੀਦ ਭਾਈ ਗਜਿੰਦਰ ਸਿੰਘ ਜੀ ਨੂੰ ਸਮਰਪਿਤ ਅੱਜ ਦਾ ਇਹ ਸਵਾਗਮ, ਮੈਂ ਮਹਿਸੂਸ ਕਰ ਸਕਦੀ ਹਾਂ ਉਹ ਪੀੜ, ਉਹ ਤੜਪ ਜਿਹੜੀ ਅੱਜ ਉਹਨਾਂ ਦੀ ਬੇਟੀ 'ਤੇ ਬੀਤਦੀ ਹੋਣੀ ਹੈ, ਕਿਉਂਕਿ ਬੱਚੀ ਦੇ ਮਾਤਾ ਜੀ ਦਾ ਵੀ ਮੈਂ ਕਹਿੰਦੀ ਉਹ ਵੀ ਸ਼ਹਾਦਤ ਹੈ। ਕਿਉਂਕਿ ਸ਼ਹੀਦ ਹੋਣ ਵਾਲਾ ਮੈਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੋਈ ਅਤਕਥਨੀ ਨਾ ਕਰ ਜਾਵਾਂ, ਸ਼ਹੀਦ ਹੋਣ ਵਾਲੇ ਜਿਹੜੇ ਨੇ ਉਹ ਵੱਖਰੀਆਂ ਰੂਹਾਂ, ਗੁਰੂ ਸਾਹਿਬ ਵੱਲੋਂ ਉਹਨਾਂ ਦੀ ਡਿਊਟੀ ਲੱਗੀ ਹੁੰਦੀ, ਉਹ ਕੌਮ ਨੂੰ ਪਰਨਾਏ ਹੁੰਦੇ ਨੇ, ਆਪਣਾ ਆਪ ਕੌਮ ਤੋਂ ਕੁਰਬਾਨ ਕਰ ਜਾਂਦੇ ਨੇ ਔਰ ਸਰੀਰਕ ਰੂਪ ਦੇ ਵਿੱਚ ਇਸ ਦੁਨੀਆ ਤੋਂ ਲਿਪਤ ਹੋ ਜਾਂਦੇ ਹਨ, ਭਾਵੇਂ ਸ਼ਹੀਦ ਹਮੇਸ਼ਾ ਅਮਰ ਨੇ, ਪਰ ਮਗਰੋਂ ਜੋ ਪਰਿਵਾਰ 'ਤੇ ਬੀਤਦੀ ਹੈ, ਜੋ ਜਿਵੇਂ ਜਿਵੇਂ ਖੂਨ ਦਾ ਰਿਸ਼ਤਾ ਹੁੰਦਾ, ਕਿਉਂਕਿ ਮੈਂ ਆਪਣੀ ਮਾਤਾ ਜੀ ਨੂੰ ਵੱਡੀ ਸੀ ਪਰਿਵਾਰ ਦੇ ਵਿੱਚੋਂ, ਤਾਂ ਮੈਂ ਦੇਖਿਆ ਉਹਨਾਂ ਦਾ ਦਰਦ ਬਹੁਤ ਘੱਟ। ਅੱਜ ਕੱਲ੍ਹ ਦੀ ਪੀੜ੍ਹੀ ਨੂੰ ਇਹ ਪਤਾ ਕਿ ਭਾਈ ਸਾਹਿਬ ਭਾਈ ਅਮਰੀਕ ਸਿੰਘ ਅਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੇ ਨਾਲ ਜੋ ਹਥਿਆਰਬੰਦ ਸਿਰ ਤਲੀ 'ਤੇ ਰੱਖ ਕੇ ਜੋ ਨੌਜਵਾਨ ਫਿਰਦੇ ਸਨ, ਜੋ ਰਹਿੰਦੇ ਸਨ ਉੱਥੇ ਕੈਂਪਸ ਦੇ ਵਿੱਚ, ਜੋ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਸਨ, ਉਹ ਕੋਈ ਵਿਹਲਣਾ ਦਾ ਜਥਾ ਨਹੀਂ ਸੀ। ਕਿਰਪਾ ਕੀਤੀ ਗੁਰੂ ਸੱਚੇ ਪਾਤਸ਼ਾਹ ਨੇ ਕਿ ਫੈਡਰੇਸ਼ਨ ਸਿੱਖ ਕੌਮ ਦਾ ਹਰਿਆਵਲ ਦਸਤਾ ਬਣ ਗਿਆ, ਯੂਨੀਵਰਸਿਟੀਆਂ ਕਾਲਜਾਂ ਵਿੱਚ ਨਾ ਕੇਵਲ ਪੰਜਾਬ ਬਲਕਿ ਬਾਕੀ ਸਟੇਟਾਂ ਦੇ ਵਿੱਚ ਵੀ ਰਜਿਸਟ੍ਰੇਸ਼ਨ ਔਨ ਰਿਕਾਰਡ ਹੋਣ ਲੱਗੀ। 1983 ਦਾ ਜੋ ਔਨ ਰਿਕਾਰਡ ਅੰਕੜੇ ਬੋਲਦੇ ਨੇ, ਰਸੀਦ ਕੱਟ ਕੇ ਜਿਹੜੀ ਮੈਂਬਰਸ਼ਿਪ ਫੈਡਰੇਸ਼ਨ ਦੀ ਸੀ ਉਹ 3.5 ਲੱਖ ਤੋਂ ਉੱਪਰ ਟੱਪ ਚੁੱਕੀ ਸੀ। ਰੋਜ਼ ਸਰਕਾਰ ਆਪਣੀਆਂ ਵਧੀਕੀਆਂ ਕਰਕੇ, ਅਤੇ ਨਾਮ ਕਦੇ ਫੈਡਰੇਸ਼ਨ ਕਾਰਕੁਨਾਂ ਦਾ, ਕਦੇ ਦਮਦਮੀ ਟਕਸਾਲ ਦੇ ਸਿੰਘਾਂ ਦਾ, ਉਦੋਂ ਇਹ ਗੱਲਾਂ ਆਮ ਹੀ ਉਹਨਾਂ ਮੈਗਜ਼ੀਨਾਂ ਵਿੱਚ ਪ੍ਰਚਲਿਤ ਸਨ। ਇੱਕ ਵਾਰੀ ਸੰਤਾਂ ਨੇ ਵੀ ਆਪਣੀ ਸਪੀਚ ਵਿੱਚ ਬੋਲਿਆ ਸੀ ਵੀ ਕਿਸੇ ਦੇ ਕੋਈ ਚੋਰੀ ਹੋ ਜਾਵੇ ਤਾਂ ਉਹ ਵੀ ਭਿੰਡਰਾਂਵਾਲੇ ਦਾ ਨਾਂ ਲੱਗਦਾ, ਵੀ ਇਹ ਵੀ ਭਿੰਡਰਾਂਵਾਲੇ ਨੇ ਕਰ ਲਈ। ਐਸੇ ਮਾਹੌਲ ਸਰਕਾਰ ਨੇ ਉਸ ਸਮੇਂ 'ਤੇ ਬਣਾ ਦਿੱਤੇ। ਜਦੋਂ ਸਮਾਂ ਬਾਲੇ ਆਇਆ, ਸਰਕਾਰ ਨੇ ਘੇਰਾ ਪਾ ਲਿਆ, ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਸੈਂਟਰ ਸਰਕਾਰ ਤੋਂ ਹਿੰਦ ਪੰਜਾਬ ਦਾ ਜੰਗ ਹੋਣ ਲੱਗਿਆ, ਤੋੜ ਵਿਛੋੜਾ ਕਰ ਦਿੱਤਾ, ਸਾਰੇ ਬਾਰਡਰ ਸੀਲ ਕਰ ਦਿੱਤੇ ਪੰਜਾਬ ਦੇ ਭਾਰਤ ਸਰਕਾਰ ਨੇ, ਅਤੇ ਇੱਧਰ ਗੁਰੂ ਸਾਹਿਬ ਜੀ ਦੇ ਮੁੱਠੀ ਭਰਦੇ ਮਰਜੀਵੜੇ ਸਿੰਘ। ਜਦੋਂ ਉਹ ਵਾਕਿਆ ਪੜ੍ਹਦੇ ਹਾਂ, ਜਦੋਂ ਉਹ ਯਾਦ ਕਰਦੇ ਹਾਂ, ਅੱਖੀ ਡਿੱਠਾ ਹਾਲ, ਕਿਉਂਕਿ ਮੇਰੇ ਮਾਤਾ ਜੀ ਲਾਸਟ 5 ਜੂਨ ਨੂੰ ਉੱਥੋਂ ਨਿਕਲੇ, ਮੈਂ 2 ਜੂਨ ਨੂੰ ਆਪਣੇ ਦਾਦੀ ਜੀ ਦੇ ਨਾਲ ਉੱਥੋਂ ਆ ਗਈ, ਜਦੋਂ ਕਰਫਿਊ ਵਿੱਚ ਢਿੱਲ ਦਿੱਤੀ। ਗੜਵਈ ਸਿੰਘ ਸੀ ਕੋਲੇ, ਕਹਿਣ ਲੱਗੇ ਭਾਈ ਸਾਹਿਬ ਇਹ ਤੁਸੀਂ ਕੀ ਕੀਤਾ, ਬੱਚਿਆਂ ਨੂੰ ਤਾਂ ਪਿਤਾ ਜਿਹੜੇ ਬੁੱਕ ਭਰ ਭਰ ਕੇ ਦਿੰਦੇ ਨੇ, ਤੁਸੀਂ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇੱਕ 5 ਦਾ ਨੋਟ ਦਿੱਤਾ, ਅਤੇ ਬੱਚਾ ਸੁੱਤਾ ਅਤੇ ਤੁਸੀਂ ਉਹਦੇ ਹੱਥ 'ਚ ਖੋ ਕੇ ਵਾਪਸ ਜੇਬ 'ਚ ਪਾ ਲਿਆ, ਮੈਨੂੰ ਇਹ ਚੰਗਾ ਨਹੀਂ ਲੱਗਾ। ਅੱਖਾਂ ਲਾਲ ਕਰਕੇ ਉਹਨੂੰ ਕਹਿਣ ਲੱਗੇ ਤੇਰੀ ਸ਼ਰਮ ਹੈਗੀ, ਮੈਨੂੰ ਦੁੱਖ ਹੋਇਆ ਮੇਰੇ ਨਾਲ ਕਿੱਡੀ ਨਿੱਕੀ ਸੋਚ ਵਾਲੇ ਬੰਦੇ ਤੁਰੇ ਫਿਰਦੇ ਆ, ਤੂੰ ਮੈਨੂੰ ਗੁੰਮਰਾਹ ਕਰਦਾ, ਮੈਨੂੰ ਇਮੋਸ਼ਨਲ ਕਰਦਾ। ਕਹਿੰਦੇ ਇਹ ਪੈਸੇ ਮੇਰੇ ਬੱਚਿਆਂ ਦੇ ਆ, ਇਹ ਕੌਮ ਦੇ ਪੈਸੇ ਆ, ਇਹ ਕੌਮ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਕੌਮ ਦਾ ਘਰ ਬਣਾਉਣ ਲਈ ਦਿੱਤੇ ਆ, ਇਹ ਕੌਮੀ ਸੰਘਰਸ਼ ਲਈ ਪੈਸੇ ਆ, ਮੈਂ ਨਹੀਂ ਚਾਹੁੰਦਾ ਕਿ ਮੇਰਾ ਇਹ ਜ਼ਹਿਰ ਮੇਰੇ ਬੱਚਿਆਂ ਦੇ ਹੱਥ ਤੱਕ ਜਾਵੇ, ਜੇ ਇਹਨਾਂ 'ਚ ਮੇਰਾ ਖੂਨ ਹੋਊ, ਜੇ ਇਹਨਾਂ 'ਚ ਮੇਰੇ ਸੰਸਕਾਰ ਹੋਣਗੇ, ਇਹ ਵਾਧੂ ਕਮਾ ਲੈਣਗੇ। ਸੋ ਐਸੇ ਸਨ ਉਹਨਾਂ ਦੇ ਕੌਮੀ ਜਜ਼ਬਾਤ, ਗੱਲਾਂ ਤਾਂ ਕਰਨ ਵਾਲੀਆਂ ਰਾਣਾ ਜੀ ਬਹੁਤ ਨੇ।
ਭਾਵੇਂ ਕਿਉਂਕਿ ਬੱਚਿਆਂ ਨੂੰ ਵੀ ਕਦੀ ਬਾਪ ਭੁੱਲਦੇ ਆ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੂਹਾਨੀਅਤ ਭਰੀ ਗੋਦ ਦਾ ਨਿੱਘ ਪਾਲ ਰਹੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸਿੰਘ ਸਾਹਿਬ, ਸਤਿਕਾਰਯੋਗ ਬਾਬਾ ਅਵਤਾਰ ਸਿੰਘ ਸਾਹਿਬ ਜੀ ਅਤੇ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਚ ਤੋਂ ਸ਼ਹੀਦਾਂ ਅਤੇ ਸ਼ਹਾਦਤ ਦੀਆਂ ਬਾਤਾਂ ਪਾਈਆਂ ਜਾ ਰਹੀਆਂ ਹਨ। ਸ਼ਹੀਦ ਭਾਈ ਗਜਿੰਦਰ ਸਿੰਘ ਜੀ ਨੂੰ ਸਮਰਪਿਤ ਅੱਜ ਦਾ ਇਹ ਸਵਾਗਮ ਮੈਨੇਜਮੈਂਟ ਗੁਰਦੁਆਰਾ ਸਾਹਿਬ ਵੱਲੋਂ ਕਰਵਾਇਆ ਜਾ ਰਿਹਾ, ਜੋ ਬਹੁਤ ਮਨ ਨੂੰ ਸਕੂਨ ਦੇਣ ਵਾਲੀ ਗੱਲ ਹੈ। ਭਾਈ ਗਜਿੰਦਰ ਸਿੰਘ ਹੋਣਾ ਦੀ ਇੱਕ ਹੱਥ ਲਿਖਤ ਕਿਤਾਬ, ਕਿਉਂਕਿ ਬੜੇ ਸੋਹਣੇ ਲਿਖਾਰੀ ਰਹੇ ਨੇ, ਮੈਂ ਪਿਛਲੇ ਕੁਝ ਸਾਲਾਂ ਦੇ ਵਿੱਚ ਉਹ ਪੜ੍ਹੀ, ਕਵਿਤਾ ਦੇ ਰੂਪ ਵਿੱਚ ਉਹਨਾਂ ਨੇ ਆਪਣੀ ਸਾਰੀ ਜੀਵਨੀ, ਆਪਣੇ ਵਲਵਲੇ, ਆਪਣੇ ਦਰਦ, ਆਪਣੇ ਭਾਵ ਆਪਣੀ ਕਲਮ ਤੋਂ ਬਿਆਨ ਕੀਤੇ ਹਨ। ਜਿਵੇਂ ਜਿਵੇਂ ਉਹ ਕਿਤਾਬ ਦੀਆਂ ਕਵਿਤਾਵਾਂ ਪੜ੍ਹਦੇ ਹਾਂ, ਇਸ ਤਰ੍ਹਾਂ ਲੱਗਦਾ ਹੈ ਕਿ ਭਾਈ ਗਜਿੰਦਰ ਸਿੰਘ ਜੀ ਆਪਣੇ ਦਿਲ ਦੀ ਹੂਕ ਕੌਮ ਦਾ ਪਿਆਰ ਜਿਹੜਾ ਹੈ ਉਹ ਅੱਖਰੀ ਰੂਪ ਵਿੱਚ ਕਲਮਬੱਧ ਕਰ ਰਹੇ ਹਨ। ਨਿਰਸੰਦੇਹ ਬੜਾ ਔਖਾ ਹੁੰਦਾ ਹੈ ਘਰ ਬਾਰ ਛੱਡ ਕੇ ਸਮਰਪਿਤ ਹੋ ਜਾਣਾ, ਰੋਮ ਰੋਮ ਕਰਕੇ ਕੌਮ ਨੂੰ ਸਮਰਪਿਤ ਹੋ ਜਾਣਾ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕੌਮ ਆ, ਉਹਦੇ ਯੋਧਿਆਂ ਨੂੰ ਇਹ ਬਣਿਆ ਹੀ ਹੈ। ਮੈਂ ਮਹਿਸੂਸ ਕਰ ਸਕਦੀ ਹਾਂ ਉਹ ਪੀੜ, ਉਹ ਤੜਪ ਜਿਹੜੀ ਅੱਜ ਉਹਨਾਂ ਦੀ ਬੇਟੀ 'ਤੇ ਬੀਤਦੀ ਹੋਣੀ ਹੈ, ਕਿਉਂਕਿ ਬੱਚੀ ਦੇ ਮਾਤਾ ਜੀ ਦਾ ਵੀ ਮੈਂ ਕਹਿੰਦੀ ਉਹ ਵੀ ਸ਼ਹਾਦਤ ਹੈ, ਕਿਉਂਕਿ ਸ਼ਹੀਦ ਹੋਣ ਵਾਲਾ ਮੈਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੋਈ ਅਤਕਥਨੀ ਨਾ ਕਰ ਜਾਵਾਂ। ਸ਼ਹੀਦ ਹੋਣ ਵਾਲੇ ਜਿਹੜੇ ਨੇ ਉਹ ਵੱਖਰੀਆਂ ਰੂਹਾਂ, ਗੁਰੂ ਸਾਹਿਬ ਵੱਲੋਂ ਉਹਨਾਂ ਦੀ ਡਿਊਟੀ ਲੱਗੀ ਹੁੰਦੀ, ਉਹ ਕੌਮ ਨੂੰ ਪਰਨਾਏ ਹੁੰਦੇ ਨੇ, ਆਪਣਾ ਆਪ ਕੌਮ ਤੋਂ ਕੁਰਬਾਨ ਕਰ ਜਾਂਦੇ ਨੇ ਔਰ ਸਰੀਰਕ ਰੂਪ ਦੇ ਵਿੱਚ ਇਸ ਦੁਨੀਆਂ ਤੋਂ ਲਿਪਤ ਹੋ ਜਾਂਦੇ ਹਨ, ਭਾਵੇਂ ਸ਼ਹੀਦ ਹਮੇਸ਼ਾ ਅਮਰ ਨੇ। ਪਰ ਮਗਰੋਂ ਜੋ ਪਰਿਵਾਰ 'ਤੇ ਬੀਤਦੀ ਹੈ, ਜੋ ਜਿਵੇਂ ਜਿਵੇਂ ਖੂਨ ਦਾ ਰਿਸ਼ਤਾ ਹੁੰਦਾ, ਕਿਉਂਕਿ ਮੈਂ ਆਪਣੇ ਮਾਤਾ ਜੀ ਨੂੰ ਵੱਡੀ ਸੀ ਪਰਿਵਾਰ ਦੇ ਵਿੱਚੋਂ, ਤਾਂ ਮੈਂ ਦੇਖਿਆ ਉਹਨਾਂ ਦਾ ਦਰਦ। ਤਰਲੋਚਨ ਸਿੰਘ ਸਾਡੇ ਦੋਵਾਂ ਭੈਣਾਂ ਤੋਂ ਛੋਟਾ ਸੀ, ਉਹਦਾ ਜਨਮ 2 ਮਹੀਨੇ ਬਾਅਦ ਹੋਇਆ, ਤਾਂ ਉਸ ਸਮੇਂ ਉਹਨਾਂ ਦੇ ਹਾਲਾਤ ਜੂਨ 1984 ਦੇ ਵਿੱਚ ਮੈਨੂੰ ਐਂ ਲੱਗਦਾ ਹੈ ਕਿ ਉਹਨਾਂ ਦੀ ਰੋਜ਼ ਸ਼ਹੀਦੀ ਹੁੰਦੀ ਸੀ। ਸਰਕਾਰਾਂ ਜਦੋਂ ਵੈਰੀ ਹੋਣ, ਵੱਡੇ ਮਹਾਂਪੁਰਸ਼ਾਂ ਦਾ ਆਪਣਾ ਸਰਕਲ ਸੀ, ਦਮਦਮੀ ਟਕਸਾਲ ਦੀਆਂ ਸੇਵਾਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕਰਕੇ ਇਸ ਪਰਿਵਾਰ ਦੀ ਝੋਲੀ ਵਿੱਚ ਬਖਸ਼ਿਸ਼ ਕੀਤੀਆਂ ਸਨ। ਉਹਨਾਂ ਨੇ ਅਰਦਾਸ ਬੇਨਤੀ ਕਰਕੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਅੱਗੇ ਆਪਣੇ ਪੁੱਤਰ ਲਈ ਸ਼ਹਾਦਤ ਦੀ ਮੰਗ ਕੀਤੀ ਸੀ ਔਰ ਉਹਨਾਂ ਦੇ ਬਚਨ ਅਟਲ ਸਨ। ਜਦੋਂ ਉਹ ਵੇਲਾ ਆਇਆ, ਉਹ ਸਮਾਂ ਬਣਿਆ ਜਦੋਂ ਮਹਾਂਪੁਰਸ਼ਾਂ ਦੀਆਂ ਅਰਦਾਸਾਂ ਪੂਰੀਆਂ ਹੋਣੀਆਂ ਸਨ, ਕਿਉਂਕਿ ਉਹਨਾਂ ਨੇ ਕਿਹਾ ਸੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਤੂੰ ਧੰਨਿਆ, ਤੇਰੇ 4 ਸਪੁੱਤਰ ਤੂੰ 4 ਸਾਡੇ ਤੋਂ ਵਾਰ ਦਿੱਤੇ, ਇੱਕ ਵੀ ਲੁਕੋ ਕੇ ਨਾ ਰੱਖਿਆ ਸੱਚੇ ਪਿਤਾ ਵਾਹਿਗੁਰੂ, ਕੌਮ ਦੀਆਂ ਨੀਹਾਂ ਦੇ ਵਿੱਚ ਪੁੱਤਰਾਂ ਦਾ ਖੂਨ ਪਾਇਆ, ਮੈਂ ਤਾਂ ਤੇਰਾ ਗਰੀਬ ਸਿੱਖ ਹਾਂ, ਮੈਂ ਤੇਰੀ ਬਰਾਬਰੀ ਨਹੀਂ ਕਰ ਸਕਦਾ ਕਲਗੀਆਂ ਵਾਲਿਆ, ਮੇਰੇ 2 ਸਪੁੱਤਰ ਹੈ, 1 ਸਪੁੱਤਰ ਆਪਣੀ ਕੌਮ ਦੇ ਲੇਖੇ ਲਾ ਲਈ। ਅਤੇ ਜਦੋਂ 6 ਜੂਨ ਦਾ ਸਮਾਂ ਬਣਿਆ,
ਬਹੁਤ ਘੱਟ ਹੀ ਸੰਗਤ ਜਾਣਦੀ ਹੈ, ਕਿਉਂਕਿ ਮੈਂ 40 ਸਾਲਾਂ ਜੋ ਮਨਾਏ ਜਾ ਰਹੇ ਆ ਬਲੂ ਸਟਾਰ ਓਪਰੇਸ਼ਨ ਦੀ, ਉੱਥੇ ਸੰਗਤਾਂ ਨੇ ਯਾਦ ਕੀਤਾ, ਉਹਨਾਂ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਇਸ ਧਰਤੀ 'ਤੇ ਪਹੁੰਚੀ ਹਾਂ। ਅੱਜ ਕੱਲ੍ਹ ਦੀ ਪੀੜ੍ਹੀ, ਕਿਉਂਕਿ ਨੌਜਵਾਨੀ ਜਿਹੜੀ ਪੜ੍ਹਨ ਪੜ੍ਹਾਉਣ ਤੋਂ ਥੋੜ੍ਹਾ ਜਿਹਾ ਕਤਰਾਉਂਦੀ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਬਹੁਤ ਘੱਟ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਇਹ ਪਤਾ ਕਿ ਭਾਈ ਸਾਹਿਬ ਭਾਈ ਅਮਰੀਕ ਸਿੰਘ ਅਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੇ ਨਾਲ ਜੋ ਹਥਿਆਰਬੰਦ ਸਿਰ ਤਲੀ 'ਤੇ ਰੱਖ ਕੇ ਜੋ ਨੌਜਵਾਨ ਫਿਰਦੇ ਸਨ, ਜੋ ਰਹਿੰਦੇ ਸਨ ਉੱਥੇ ਕੈਂਪਸ ਦੇ ਵਿੱਚ, ਜੋ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਸਨ, ਉਹ ਕੋਈ ਵਿਹਲਣਾ ਦਾ ਜਥਾ ਨਹੀਂ ਸੀ। ਉਹ ਉੱਚ ਲੈਵਲ ਦੇ ਅਕੈਡਮਿਸ਼ਨ ਵੀ ਸਨ, ਉਹ ਚੰਗੀ ਮੈਨੇਜਮੈਂਟ ਕਰਨਾ ਵੀ ਜਾਣਦੇ ਸਨ, ਕਿਸੇ ਵੀ ਮੰਚ ਦੇ ਉੱਤੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਵੀ ਦੇਣਾ ਜਾਣਦੇ ਸਨ ਅਤੇ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਸਨ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਿੱਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਜਿਹੜੀ ਉਹਨਾਂ ਤੋਂ ਪਹਿਲਾਂ ਇੱਕ ਕਾਗਜ਼ਾਂ ਤੱਕ ਸੀਮਤ ਰਹਿ ਗਈ ਸੀ, ਜਦੋਂ ਉਹਨਾਂ ਨੂੰ ਟੈਗੋਰ ਥੀਏਟਰ ਦਿੱਲੀ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ, ਕਿਉਂਕਿ ਜਿਹੜੇ ਜਗਮੀਤ ਸਿੰਘ ਬਰਾੜ ਰਾਜਨੀਤਿਕ ਨੇ, ਉਹਨਾਂ ਦੇ ਪਿਤਾ ਸਰਦਾਰ ਗੁਰਮੀਤ ਸਿੰਘ ਜੀ ਮਨਿਸਟਰ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਫੈਡਰੇਸ਼ਨ ਦਾ ਜਨਰਲ ਇਜਲਾਸ ਹੋ ਰਿਹਾ, ਤਾਂ ਉਹਨਾਂ ਨੇ ਇੱਕ ਸਲਾਹ ਦਿੱਤੀ ਸੀ ਇਕੱਠੇ ਕਰਕੇ ਮੁਖੀਆਂ ਨੂੰ, ਕਹਿਣ ਲੱਗੇ ਜੇ ਫੈਡਰੇਸ਼ਨ ਦੇ ਵਿੱਚ ਕੋਈ ਜਾਨ ਪਾਉਣੀ ਚਾਹੁੰਦੇ ਹੋ, ਕੋਈ ਗੱਲ ਬਣਾਉਣੀ ਚਾਹੁੰਦੇ ਹੋ, ਤਾਂ ਸੰਤ ਕਰਤਾਰ ਸਿੰਘ ਦੇ ਸਪੁੱਤਰ ਭਾਈ ਅਮਰੀਕ ਸਿੰਘ ਨੂੰ ਪ੍ਰਧਾਨ ਬਣਾਓ, ਮੇਰਾ ਵਿਚਾਰ ਹੈ। ਸਰਬਸੰਮਤੀ ਨਾਲ ਫੈਸਲਾ ਹੋਇਆ, ਪ੍ਰਧਾਨ ਚੁਣੇ ਗਏ ਟੈਗੋਰ ਥੀਏਟਰ ਚੰਡੀਗੜ੍ਹ ਦੇ ਵਿੱਚ, ਅਤੇ ਐਸੀ ਕਿਰਪਾ ਕੀਤੀ ਗੁਰੂ ਸੱਚੇ ਪਾਤਸ਼ਾਹ ਨੇ ਕਿ ਫੈਡਰੇਸ਼ਨ ਸਿੱਖ ਕੌਮ ਦਾ ਹਰਿਆਵਲ ਦਸਤਾ ਬਣ ਗਿਆ। ਯੂਨੀਵਰਸਿਟੀਆਂ ਕਾਲਜਾਂ ਵਿੱਚ ਨਾ ਕੇਵਲ ਪੰਜਾਬ ਬਲਕਿ ਬਾਕੀ ਸਟੇਟਾਂ ਦੇ ਵਿੱਚ ਵੀ ਰਜਿਸਟ੍ਰੇਸ਼ਨ ਔਨ ਰਿਕਾਰਡ ਹੋਣ ਲੱਗੀ। 1983 ਦਾ ਜੋ ਔਨ ਰਿਕਾਰਡ ਅੰਕੜੇ ਬੋਲਦੇ ਨੇ, ਰਸੀਦ ਕੱਟ ਕੇ ਜਿਹੜੀ ਮੈਂਬਰਸ਼ਿਪ ਫੈਡਰੇਸ਼ਨ ਦੀ ਸੀ ਉਹ 3.5 ਲੱਖ ਤੋਂ ਉੱਪਰ ਟੱਪ ਚੁੱਕੀ ਸੀ। ਇਹ ਔਨ ਰਿਕਾਰਡ ਨੇ, ਜਿਹੜੀ ਅਨਓਫਿਸ਼ਲੀ ਮੈਂਬਰਸ਼ਿਪ ਜਾਂ ਉਹਨਾਂ ਦੀ ਪਾਰਟੀਸਪੇਸ਼ਨ ਸੀ ਫੈਡਰੇਸ਼ਨ ਦੀ, ਉਹਦੇ ਅੰਕੜੇ ਤਾਂ ਬਹੁਤ ਵੱਡੇ ਪਹੁੰਚ ਗਏ ਸਨ, ਕਿਉਂਕਿ ਉਸ ਸਮੇਂ 'ਤੇ ਧਰਮਯੁੱਧ ਮੋਰਚਾ, ਜਦੋਂ ਬਾਬਾ ਠਾਰਾ ਸਿੰਘ ਜੀ ਦੇ ਨਾਲ ਮੇਰੇ ਸਤਿਕਾਰਯੋਗ ਪਿਤਾ ਜੀ ਨਜਾਇਜ਼ ਤੌਰ 'ਤੇ ਗ੍ਰਿਫਤਾਰ ਕੀਤੇ ਹੋਏ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕਰਨ ਲਈ ਕਚਹਿਰੀਆਂ ਵਿੱਚ ਜਾਂਦੇ ਆ, ਤਾਂ ਝੂਠਾ ਕੇਸ, ਸਾਜਿਸ਼ ਦਾ ਕੇਸ ਪਾ ਕੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ। ਮਹਾਂਪੁਰਸ਼ ਉਸ ਸਮੇਂ ਮਹਿਤੇ ਵਿਖੇ ਸਨ, ਦਮਦਮੀ ਟਕਸਾਲ ਦੇ ਹੈੱਡਕੁਆਰਟਰ ਵਿਖੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੂੰ ਬੁਖਾਰ ਸੀ। ਇੱਥੋਂ ਲੈਂਡਲਾਈਨ ਫੋਨ ਹੁੰਦਾ ਸੀ, ਉਦੋਂ ਮੇਰੇ ਚਾਚਾ ਜੀ ਨੇ ਲੈਂਡਲਾਈਨ ਫੋਨ ਕੀਤਾ ਮਹਿਤੇ ਵਿਖੇ ਕਿ ਮਹਾਂਪੁਰਸ਼ਾਂ ਨੂੰ ਦੱਸੀਏ ਕਿ ਭਾਈ ਅਮਰੀਕ ਸਿੰਘ ਨੂੰ ਅਰੈਸਟ ਕਰ ਲਿਆ। ਅੱਗੋਂ ਗੜਵਾਈ ਸਿੰਘ ਨੇ ਕਿਹਾ ਕਿ ਮਹਾਂਪੁਰਖਾਂ ਨੂੰ ਜਿਹੜਾ ਉਹਨਾਂ ਦਾ ਸਰੀਰ ਠੀਕ ਨਹੀਂ ਹੈ, ਉਹਨਾਂ ਨੂੰ ਬੁਖਾਰ ਹੈ, ਤਾਂ ਇੱਧਰੋਂ ਸੁਨੇਹਾ ਦਿੱਤਾ ਕਿ ਨਹੀਂ ਹੁਣੇ ਗੱਲ ਕਰਾਓ, ਕਿਉਂਕਿ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਰਾ ਸਿੰਘ ਨੂੰ ਅਰੈਸਟ ਕਰ ਲਿਆ, ਮਹਾਂਪੁਰਸ਼ਾਂ ਨੂੰ ਦੱਸਣਾ ਜ਼ਰੂਰੀ ਹੈ। ਹੋਲਡ 'ਤੇ ਕਰਕੇ ਤਾਂ ਤੁਰੰਤ ਮਹਾਂਪੁਰਸ਼ਾਂ ਨੇ ਆ ਕੇ ਰਿਸੀਵਰ ਚੁੱਕਿਆ ਅਤੇ ਪੁੱਛਿਆ ਵੀ ਕੀ ਗੱਲ ਹੋ ਗਈ। ਸਿੰਘਾਂ ਨੇ ਅੱਗੋਂ ਦੱਸਿਆ ਕਿ ਭਾਈ ਸਾਹਿਬ ਜੀ ਨੂੰ ਅਰੈਸਟ ਕਰ ਲਿਆ, ਬਾਬਾ ਠਾਰਾ ਸਿੰਘ ਜੀ ਨੂੰ ਅਰੈਸਟ ਕਰ ਲਿਆ। ਉਸੇ ਹੰਗਾਮੀ ਹਾਲਤ ਵਿੱਚ ਮਹਾਂਪੁਰਸ਼ਾਂ ਨੇ ਆਪਣੇ ਪਰਵਾਹ ਨਹੀਂ ਕੀਤੀ, ਤੁਰੰਤ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ, ਸਿੰਘਾਂ ਦੇ ਨਾਲ ਰਾਏ ਵਿਚਾਰ ਕੀਤੀ ਕਿ ਹੁਣ ਕੀ ਕੀਤਾ ਜਾਵੇ, ਕਿ ਸਰਕਾਰ ਇੱਥੋਂ ਤੱਕ ਪਹੁੰਚ ਗਈ ਹੈ ਕਿ ਹੁਣ ਤਾਂ ਸਾਨੂੰ ਸਿੱਧੇ ਤੌਰ 'ਤੇ ਹੱਥ ਪਾਉਣਾ ਸ਼ੁਰੂ ਕਰ ਦਿੱਤਾ। ਜੋਸ਼ ਵਿੱਚ ਇੰਨੇ ਆਏ ਮਹਾਂਪੁਰਸ਼, ਇੰਨਾ ਉਹਨਾਂ ਨੂੰ ਦੁੱਖ ਲੱਗਿਆ, ਕਿਉਂਕਿ ਪਿਆਰ ਬੜਾ ਸੀ ਰੂਹਾਂ ਦਾ, ਦੋਵਾਂ ਦਾ ਆਪਸ ਦੇ ਵਿੱਚ। ਕਹਿਣ ਲੱਗੇ ਚਲੋ ਸਾਰੇ ਚੱਲੀਏ ਥਾਣੇ ਨੂੰ ਘੇਰ ਕੇ ਅਤੇ ਭਾਈ ਅਮਰੀਕ ਸਿੰਘ ਨੂੰ ਛੁਡਾ ਲਿਆਈਏ। ਇੰਨੇ ਇਮੋਸ਼ਨਲ ਹੋ ਗਏ ਮਹਾਂਪੁਰਸ਼। ਫਿਰ ਸਿੰਘਾਂ ਨੇ ਬੇਨਤੀ ਕੀਤੀ, ਮਹਾਂਪੁਰਸ਼ੋਂ ਟਕਰਾਅ ਹੋ ਸਕਦਾ, ਕੋਈ ਨੁਕਸਾਨ ਹੋਵੇਗਾ, ਸੋ ਆਪਾਂ ਇਹਨੂੰ
ਮੁੜ ਵਿਚਾਰ ਲਈਏ। ਜੇ ਤੁਸੀਂ ਸਹਿਮਤ ਹੋਵੋ ਮਹਾਂਪੁਰਸ਼ਾਂ ਤੇ, ਫਿਰ ਸਹਿਮਤੀ ਹੋਈ ਕਿ ਮੋਰਚੇ ਦਾ ਆਰੰਭ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਹਾਂਪੁਰਸ਼ਾਂ ਨੇ ਅਰਦਾਸ ਕਰਕੇ ਧਰਮਯੁੱਧ ਮੋਰਚੇ ਦਾ ਐਲਾਨ ਕਰ ਦਿੱਤਾ। ਭਾਵੇਂ ਬਾਅਦ ਵਿੱਚ ਕਈ ਮੋਰਚੇ ਉਹਦੇ ਵਿੱਚ ਰਲਗੱਡ ਵੀ ਹੋਏ, ਉਸ ਮੋਰਚੇ ਦੀ ਲੋ ਦੇ ਵਿੱਚ ਜੇਲ੍ਹਾਂ ਭਰੀਆਂ। ਮੈਂ ਵੀ ਛੋਟੀ ਜਿਹੀ ਉਦੋਂ ਆਪਣੇ ਦਾਦੀ ਜੀ ਦੇ ਨਾਲ ਇੱਕ ਮੋਰਚੇ ਵਿੱਚ ਗਈ, ਕਾਲੀਆਂ ਪੱਟੀਆਂ ਬੰਨ੍ਹ ਕੇ ਰੋਜ਼ 100-100 200-200 ਦੇ ਜਥੇ ਮਹਾਂਪੁਰਸ਼ ਮੰਜੀ ਸਾਹਿਬ ਤੋਂ ਆਪ ਤੋਰਿਆ ਕਰਦੇ ਸਨ। ਔਰ ਜੇਲ੍ਹਾਂ ਦੇ ਵਿੱਚ ਇੰਨੀ ਥਾਂ ਨਹੀਂ ਸੀ ਬਚੀ ਕਿ ਅਗਲੇ ਜਥੇ ਨੂੰ ਉਹ ਸਰਕਾਰ ਜਿਹੜੀ ਅੰਦਰ ਰੱਖ ਲਵੇ। ਹਰ ਸ਼ਹਿਰ ਦਾ, ਹਰ ਡਿਸਟ੍ਰਿਕਟ ਦਾ ਜਿਹੜਾ ਥਾਣੇ ਜੇਲ੍ਹਾਂ ਸੀ, ਇੰਨੀਆਂ ਨੱਕੋ ਨੱਕ ਭਰ ਗਈਆਂ ਸੀ ਕਿ ਪ੍ਰਸ਼ਾਸਨ ਦੇ ਕੰਨਾਂ ਨੂੰ ਹੱਥ ਲੱਗ ਗਏ। ਉਹਨਾਂ ਨੇ ਤੰਬੂ ਕਨਾਤਾਂ ਤਾਣ ਕੇ ਖੁੱਲ੍ਹੀ ਛੂਟ ਦੇ ਦਿੱਤੀ ਸੀ ਸਿੰਘਾਂ ਨੂੰ ਕਿ ਆਪਣਾ ਲੰਗਰ ਪਕਾਓ ਅਤੇ ਖਾਓ, ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਅਸੀਂ ਕੌਮ ਦੇ ਇਸ ਜੋਸ਼ ਨੂੰ ਸੰਭਾਲ ਸਕੀਏ। ਇੱਕ ਬੰਨੇ ਪੜਚੋਲਣ ਦੀ ਗੱਲ ਹੈ, ਕਿਉਂਕਿ ਸੈਮੀਨਾਰ ਦੀ ਗੱਲ ਹੋਈ, ਮੈਂ ਉਸੇ ਵਿਸ਼ੇ 'ਤੇ ਆਵਾਂਗੀ, ਬੜੀ ਚੰਗੀ ਗੱਲ ਮੈਨੂੰ ਲੱਗੀ। ਇੱਕ ਬੰਨੇ ਸਰਕਾਰ ਬਿਨਾਂ ਕਿਸੇ ਕਾਰਨ ਸਾਡੇ ਆਗੂਆਂ ਨੂੰ ਜੇਲ੍ਹਾਂ ਵਿੱਚ ਤੁਰ ਰਹੀ ਹੈ ਕਿ ਇਹ ਰਾਸ਼ਟਰ ਵਿਰੋਧੀ ਨੇ, ਦੇਸ਼ ਧਰੋਹੀ ਨੇ, ਇਹ ਕਾਨੂੰਨ ਦੇ ਅਗੇਂਸਟ ਨੇ, ਭਾਰਤੀ ਸੰਵਿਧਾਨ ਦੀ ਵਿਰੋਧਤਾ ਕਰਦੇ ਨੇ, ਇਸ ਕਰਕੇ ਸਰਕਾਰ ਜੇਲ੍ਹਾਂ 'ਚ ਪਾ ਰਹੀ ਹੈ। ਪਰ ਦੂਜੇ ਬੰਨੇ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਜਦੋਂ ਜਾ ਕੇ ਵੇਖਿਆ, ਗੁਰੂ ਸਾਹਿਬ ਜੀ ਦਾ ਜਿੱਥੇ ਪ੍ਰਕਾਸ਼ ਸੀ, ਬੜਾ ਛੋਟਾ ਕਮਰਾ ਸੀ, ਬੜਾ ਖਸਤਾ ਹਾਲਤ ਵਿੱਚ ਸੀ। ਤਾਂ ਮੇਰੇ ਪਿਤਾ ਜੀ ਨੇ ਸਾਥੀ ਸਿੰਘਾਂ ਦੇ ਨਾਲ, ਬਾਬਾ ਠਾਰਾ ਸਿੰਘ ਜੀ ਵੀ ਉੱਥੇ ਸਨ, ਦੇਖਿਆ ਕਿ ਗੁਰੂ ਸਾਹਿਬ ਜੀ ਦੇ ਲਾਗੇ ਬਹਿ ਕੇ ਕੀਰਤਨ ਲਈ ਜਿਹੜੇ ਸਿੰਘਾਂ ਤੋਂ ਬੈਠਿਆ ਨਹੀਂ ਜਾਂਦਾ, ਬੜੀ ਛੋਟੀ ਸਪੇਸ ਆ, ਕਹਿੰਦੇ ਸ਼ੁਰੂ ਕਰ ਦਈਏ ਕਾਰ ਸੇਵਾ। ਮਹਾਂਪੁਰਸ਼ਾਂ ਦਾ ਮਗਰੋਂ ਆਸ਼ੀਰਵਾਦ ਸੀ ਬਾਬਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦਾ। ਸੋ ਕਾਰ ਸੇਵਾ ਆਰੰਭ ਕਰ ਦਿੱਤੀ, ਔਰ ਚੰਗਾ ਸੁੰਦਰ ਗੁਰਦੁਆਰਾ ਉਸ ਜੇਲ੍ਹ ਦੇ ਵਿੱਚ ਜਿਹੜਾ ਬਣਾਇਆ ਗਿਆ, ਜਿੱਥੇ ਹਰ ਰੋਜ਼ ਬਹਿ ਕੇ ਉੱਥੇ ਕੋਤਰੀ ਚਲਾਈ ਪਾਠਾਂ ਦੀ। ਜਦੋਂ ਦੇਖਿਆ ਹਿੰਦੂ ਵੀਰ ਜਿਹੜੇ ਉਸ ਜੇਲ੍ਹ ਵਿੱਚ ਕੈਦੀ ਸਨ, ਜਦੋਂ ਉਹਨਾਂ ਨੇ ਦੇਖਿਆ ਕਿ ਗੁਰਦੁਆਰੇ ਦੀ ਸੁੰਦਰ ਇਮਾਰਤ ਬਣ ਗਈ ਹੈ, ਜੇਲ੍ਹ ਵਿੱਚ ਇਕੱਠੇ ਹੋ ਕੇ ਆ ਗਏ। ਇੱਕ ਬੰਨੇ ਸਰਕਾਰ ਫਿਰਕਾ ਪ੍ਰਸਤ ਦਾ ਦੋਸ਼ ਲਾ ਕੇ ਜੇਲ੍ਹ ਵਿੱਚ ਟੰਗ ਰਹੀ ਹੈ, ਹਿੰਦੂ ਵਿਰੋਧੀ ਐਲਾਨ ਰਹੀ ਆ, ਲੇਕਿਨ ਦੂਸਰੇ ਬੰਨੇ ਉਸੇ ਜੇਲ੍ਹ ਦੇ ਵਿੱਚ ਕੈਦੀ ਹਿੰਦੂ ਇਕੱਠੇ ਹੋ ਕੇ ਆ ਕੇ ਕਹਿੰਦੇ, ਭਾਈ ਸਾਹਿਬ ਤੁਸੀਂ ਆਏ ਹੋ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਬਣੀ ਹੈ, ਤੁਹਾਡਾ ਸਵੇਰੇ ਸ਼ਾਮ ਕੀਰਤਨ ਹੁੰਦਾ, ਪਰ ਸਾਡੀ ਕਿਸੇ ਨੇ ਬਾਂਹ ਨਹੀਂ ਫੜਨੀ, ਤੁਸੀਂ ਕਿਰਪਾ ਕਰੋ ਸਾਡਾ ਵੀ ਮੰਦਰ ਬਣਾ ਦਿਓ, ਅਸੀਂ ਵੀ ਸਵੇਰੇ ਸ਼ਾਮ ਆਪਣਾ ਪੂਜਾ ਪਾਠ ਕਰਕੇ ਟੱਲੀਆਂ ਖੜਕਾ ਸਕੀਏ। ਇੰਨੀ ਦਇਆ। ਇੱਕੋ ਸਮੇਂ ਦੇ ਉੱਤੇ ਉਹਨਾਂ ਨੇ ਕਿਹਾ ਸਤ ਬਚਨ, ਗੁਰਦੁਆਰਾ ਸਾਹਿਬ ਜੀ ਤੋਂ ਬਾਅਦ 'ਚ ਜਿਹੜੀ ਕਾਰ ਸੇਵਾ ਸੀ ਉਹ ਮੰਦਰ ਦੀ ਸ਼ੁਰੂ ਕਰ ਦਿੱਤੀ। ਕੋਈ ਵੈਰ ਵਿਰੋਧ ਭਾਵ ਨਹੀਂ, ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਚੌਵਰਨਾ ਕੋ ਸਾਂਝਾ ਵਾਲਾ ਸਿਧਾਂਤ 'ਤੇ ਚੱਲ ਕੇ ਜਿੱਥੇ ਉਸ ਜੇਲ੍ਹ ਦੇ ਵਿੱਚ ਗੁਰਦੁਆਰੇ ਦੀ ਉਸਾਰੀ ਕਰਾਈ, ਉੱਥੇ ਨਾਲ ਮੰਦਰ ਵੀ ਉਸਾਰਿਆ, ਜਿਹੜਾ ਅੱਜ ਵੀ ਗੁਰਦਾਸਪੁਰ ਜੇਲ੍ਹ ਦੇ ਵਿੱਚ ਕਾਇਮ ਹੈ। ਮੇਰੇ ਕਹਿਣ ਤੋਂ ਭਾਵ ਕਿ ਸਰਕਾਰ ਦਾ ਜਿਹੜਾ ਏਜੰਡਾ ਸੀ ਉਹ ਸਿੱਖ ਵਿਰੋਧੀ ਸੀ, ਨਾ ਕਿ ਇਹ ਪੜਚੋਲ ਕਰਨਾ ਕਿ ਕਿਹਦਾ ਕੀ ਦੋਸ਼ ਹੈ। ਜਦੋਂ ਰਿਹਾਅ ਹੋ ਕੇ ਆਏ, ਧਰਮਯੁੱਧ ਮੋਰਚਾ ਸਿਖਰ 'ਤੇ ਪਹੁੰਚ ਚੁੱਕਾ ਸੀ, ਰੋਜ਼ ਸਰਕਾਰ ਆਪਣੀਆਂ ਵਧੀਕੀਆਂ ਕਰਕੇ, ਅਤੇ ਨਾਮ ਕਦੇ ਫੈਡਰੇਸ਼ਨ ਕਾਰਕੁਨਾਂ ਦਾ, ਕਦੇ ਦਮਦਮੀ ਟਕਸਾਲ ਦੇ ਸਿੰਘਾਂ ਦਾ, ਉਦੋਂ ਇਹ ਗੱਲਾਂ ਆਮ ਹੀ ਉਹਨਾਂ ਮੈਗਜ਼ੀਨਾਂ ਵਿੱਚ ਪ੍ਰਚਲਿਤ ਸਨ। ਇੱਕ ਵਾਰੀ ਸੰਤਾਂ ਨੇ ਵੀ ਆਪਣੀ ਸਪੀਚ ਵਿੱਚ ਬੋਲਿਆ ਸੀ ਵੀ ਕਿਸੇ ਦੇ ਕੋਈ ਚੋਰੀ ਹੋ ਜਾਵੇ ਤਾਂ ਉਹ ਵੀ ਭਿੰਡਰਾਂਵਾਲੇ ਦਾ ਨਾਂ ਲੱਗਦਾ, ਵੀ ਇਹ ਵੀ ਭਿੰਡਰਾਂਵਾਲੇ ਨੇ ਕਰ ਲਈ। ਐਸੇ ਮਾਹੌਲ ਸਰਕਾਰ ਨੇ ਉਸ ਸਮੇਂ 'ਤੇ ਬਣਾ ਦਿੱਤੇ। ਪਰ ਜਦੋਂ ਸਰਕਾਰ ਨੇ ਘੇਰਾ ਪਾਇਆ, ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਭਾਈ ਅਮਰੀਕ ਸਿੰਘ, ਜਿੱਥੇ ਉਹਨਾਂ ਨੇ ਫੈਡਰੇਸ਼ਨ ਦੀ ਚੰਗੀ ਅਗਵਾਈ ਕੀਤੀ, ਮੈਨੇਜਮੈਂਟ ਕੀਤੀ, ਮੋਢੇ ਨਾਲ ਮੋਢਾ ਲਾ ਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ, ਜੋ ਕਿ ਦਮਦਮੀ ਟਕਸਾਲ ਦੀ ਜਿਨ੍ਹਾਂ ਦੀ ਅਗਵਾਈ ਵਿੱਚ ਸਮੁੱਚਾ ਮੋਰਚਾ ਚੱਲਦਾ ਸੀ,
ਉੱਥੇ ਨਾਲ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਸਨ। ਆਪ ਵੀ ਉੱਚ ਕੋਟੀ ਦੇ ਅਕੈਡਮਿਸ਼ਨ ਸਨ। ਜਦੋਂ ਉਹਨਾਂ ਨੇ ਬੀ ਏ ਕੀਤੀ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਾਂ ਗਿਆਨੀ ਦਿੱਤ ਸਿੰਘ ਮੈਡਲ ਉਹਨਾਂ ਨੇ ਪ੍ਰਾਪਤ ਕੀਤਾ ਗ੍ਰੈਜੂਏਸ਼ਨ ਦੇ ਵਿੱਚ। ਮਾਸਟਰਸ ਕੀਤੀ ਪੰਜਾਬੀ ਦੇ ਵਿੱਚ, ਗਿਆਨੀ ਮੂਲ ਸਿੰਘ ਮਹਿੰਦਰ ਸਿੰਘ ਮੈਡਲ ਪ੍ਰਾਪਤ ਕੀਤਾ ਔਰ ਉਹ ਪੀ ਐੱਚ ਡੀ ਕਰ ਰਹੇ ਸਨ, ਰਿਸਰਚ ਵਰਕ ਕਰ ਰਹੇ ਸਨ। ਉਹਨਾਂ ਦਾ ਪੀ ਐੱਚ ਡੀ ਦਾ ਵਿਸ਼ਾ ਸੀ ਗੁਰੂ ਨਾਨਕ ਐਜ਼ ਏ ਟਰੈਵਲਰ, ਜੋ ਕਿ ਜੂਨ 1984 ਦੇ ਘੱਲੂ ਕਾਰਨ ਕਰਕੇ ਉਹ ਡਿਗਰੀ ਉਹਨਾਂ ਦੀ ਪੂਰੀ ਨਹੀਂ ਹੋ ਸਕੀ। ਇੱਕ ਵਾਰੀ ਮਨ ਬਣਿਆ, ਕਿਉਂਕਿ ਘਰ ਦੇ ਹਾਲਾਤ, ਮਹਾਂਪੁਰਸ਼ ਬੈਠੇ ਨੇ ਚੰਗੀ ਤਰ੍ਹਾਂ ਸਾਡੇ ਪੀੜ੍ਹੀਆਂ ਦੇ ਨਾਲ, ਇਹਨਾਂ ਦਾ ਇੱਕੋ ਹੀ ਪਰਿਵਾਰ ਵਾਂਗੂ ਸਾਡਾ ਸਾਂਝ ਰਹੀ ਹੈ, ਕਿ ਕੋਈ ਆਰਥਿਕ ਹਾਲਾਤ ਬਹੁਤੇ ਚੰਗੇ ਨਹੀਂ ਸਨ। ਇੱਕ ਵਾਰੀ ਉਹਨਾਂ ਨੇ ਨਿਰਣਾ ਕਰ ਲਿਆ ਕਿ ਬਸ ਹੁਣ ਮਾਸਟਰ ਡਿਗਰੀ ਕਰਕੇ ਹਟ ਜਾਣਾ, ਅਗਲੀਆਂ ਫੀਸਾਂ ਸ਼ਾਇਦ ਨਹੀਂ ਦਿੱਤੀਆਂ ਜਾਣੀਆਂ। ਸੰਤ ਬਾਬਾ ਜਰਨੈਲ ਸਿੰਘ ਉਸ ਸਮੇਂ ਦੇ ਉੱਤੇ ਗੜਬਈ ਸਨ, ਸੰਤ ਕਰਤਾਰ ਸਿੰਘ ਖਾਲਸਾ ਉਹਨਾਂ ਦੇ, ਔਰ ਬੜਾ ਪ੍ਰੇਮ ਸੀ ਹੋਸਟਲ ਵਿੱਚ ਮਿਲਣ ਆਉਣਾ। ਜਦੋਂ ਆਏ ਤਾਂ ਭਾਈ ਅਮਰੀਕ ਸਿੰਘ ਹੋਣਾ ਨੇ, ਮੇਰੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਮੈਂ ਅਗਲੇ ਸਾਲ ਤੋਂ ਪੜ੍ਹਾਈ ਛੱਡ ਦੇਣੀ ਹੈ, ਫੀਸਾਂ ਦਾ ਔਖਾ ਹੋ ਗਿਆ। ਸੰਤ ਜਰਨੈਲ ਸਿੰਘ ਡਟ ਕੇ ਕਹਿਣ ਲੱਗੇ, ਬਿਲਕੁਲ ਨਹੀਂ, ਕਿ ਅਸੀਂ ਚਾਹੁੰਦੇ ਹਾਂ, ਸਾਡੀ ਇੱਛਾ ਹੈ ਕਿ ਦਮਦਮੇ 'ਚ ਇੱਕ ਸਾਲ ਦੇ ਵਿੱਚ ਜੱਥੇ ਵਿੱਚ ਪੜ੍ਹੇ ਲਿਖੇ ਸਿੰਘ ਵੀ ਆਉਣ। ਇਸ ਕਰਕੇ ਤੇਰੀ ਪੜ੍ਹਾਈ ਨਹੀਂ ਰੁਕਣੀ ਚਾਹੀਦੀ, ਤੂੰ ਮੈਨੂੰ ਬਿਨਾਂ ਪੁੱਛੇ ਤੋਂ ਪੜ੍ਹਾਈ ਛੱਡ ਕੇ ਨਹੀਂ ਆਉਣਾ। ਮੈਥੇ ਆਏ ਸੰਤਾਂ ਤੋਂ ਚੋਰੀ, ਬਾਬਾ ਠਾਰਾ ਸਿੰਘ ਜੀ ਨਾਲ ਇਹ ਸਮੱਸਿਆ ਸ਼ੇਅਰ ਕੀਤੀ ਉਹਨਾਂ ਨੇ ਵੀ ਕੀ ਕੀਤਾ ਜਾਵੇ। ਮੈਥੇ ਵਿਖੇ ਜ਼ਮੀਨ ਕੁਝ ਠੇਕੇ 'ਤੇ ਲੈ ਕੇ ਸੰਤਾਂ ਨੇ ਅੱਗੋਂ ਹਿੱਸੇ 'ਤੇ ਦੇ ਕੇ, ਜਿਹੜੇ ਵਿੱਚੋਂ ਪੈਸੇ ਬਚੇ ਉਹ ਲੈ ਕੇ ਦੁਬਾਰਾ ਵਾਪਸ ਗਏ। ਕਹਿੰਦੇ ਹਨ ਇਹਦਾ ਕਰਕੇ ਛੱਡਣੀ ਸੀ, ਪੜ੍ਹਾਈ ਨਹੀਂ ਛੱਡਣੀ। ਸਾਨੂੰ ਬੜੀ ਖੁਸ਼ੀ ਹੈ ਕਿ ਕੋਈ ਟਕਸਾਲੀ, ਸਾਡਾ ਕੋਈ ਬੱਚਾ, ਸਾਡਾ ਕੋਈ ਭਰਾ ਇੱਥੋਂ ਤੱਕ ਪਹੁੰਚਿਆ। ਇਸ ਕਰਕੇ ਉਹਨੂੰ ਪਿਆਰ ਨਾਲ ਪਾੜਾ ਵੀ ਕਹਿੰਦੇ ਸਨ। ਅਖੀਰ ਤੱਕ ਵੀ ਉਹਨਾਂ ਨੇ ਕਹਿਣਾ, ਪ੍ਰਧਾਨ ਸਿਆਂ ਪ੍ਰਧਾਨਾ, ਭਾਈ ਅਮਰੀਕ ਸਿਆਂ ਪਾੜਿਆ, ਪਿਆਰ ਵਿੱਚ ਸੰਤਾਂ ਨੇ ਕਹਿਣਾ। ਉਹਨਾਂ ਨੂੰ ਬੜੀ ਖੁਸ਼ੀ ਸੀ, ਮੇਰੇ ਕਹਿਣ ਤੋਂ ਭਾਵ ਕਿ ਉਹ ਕੋਈ ਅਨਪੜ੍ਹਾਂ ਦਾ ਟੋਲਾ ਨਹੀਂ ਸੀ, ਸੁਹਿਰਦ ਸੀ, ਕਿ ਕੌਮ ਦਾ ਘਰ ਕਿਵੇਂ ਬਣਨਾ, ਕੌਮ ਨੂੰ ਅੱਗੇ ਕਿਵੇਂ ਲੈ ਕੇ ਜਾਣਾ। ਅਤੇ ਇਹੀ ਉਹਨਾਂ ਸੂਰਬੀਰ ਮਹਾਨ ਯੋਧਿਆਂ ਦੀ ਮਨਸ਼ਾ ਵੀ ਸੀ ਕਿ ਉਹਨਾਂ ਦੇ ਕੌਮ ਦੇ ਵਿੱਚ ਬੱਚੇ ਬੱਚੀਆਂ ਵੱਧ ਤੋਂ ਵੱਧ ਜਿੱਥੇ ਗੁਰਮਤਿ ਦੁਨਿਆਵੀ ਵਿੱਦਿਆ ਲੈਣ, ਉੱਥੇ ਨਾਲ ਹੀ ਨਾਲ ਉਹਨਾਂ ਦੀਆਂ ਜੜ੍ਹਾਂ ਗੁਰਮਤਿ ਵਿੱਚ ਭਰਨਾਈਆਂ ਹੋਣ, ਤਾਂ ਕਿ ਜਿੱਥੇ ਕਿਤੇ ਵੀ ਸਿੱਖ ਵਿਦਵਾਨ ਬੈਠਾ ਹੋਵੇ ਉਹਦੇ ਵਿੱਚੋਂ ਸਿੱਖੀ ਦੀ ਖੁਸ਼ਬੋ ਆਵੇ। ਕਿਸੇ ਵੀ ਮੰਚ ਦੇ ਉੱਤੇ ਜਾ ਕੇ, ਭਾਵੇਂ ਕਿੱਡੀ ਵੀ ਸਰਕਾਰ ਹੋਵੇ, ਕਿੱਡੇ ਵੀ ਅੱਗੇ ਅਹੁਦੇਦਾਰ ਬੈਠੇ ਹੋਣ, ਉਹਨਾਂ ਨਾਲ ਟੇਬਲ ਟੋਕ ਕਰਨ ਦੇ ਸਮਰੱਥ ਹੋਵੇ। ਮੈਂ ਇੱਕ ਮਿੰਟ ਵਿੱਚ ਲੈ ਕੇ ਸਮਾਪਤੀ ਕਰ ਦੇਣੀ ਹੈ। ਜਦੋਂ ਸਮਾਂ ਬਾਲੇ ਆਇਆ, ਸਰਕਾਰ ਨੇ ਘੇਰਾ ਪਾ ਲਿਆ, ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਸੈਂਟਰ ਸਰਕਾਰ ਤੋਂ ਹਿੰਦ ਪੰਜਾਬ ਦਾ ਜੰਗ ਹੋਣ ਲੱਗਿਆ, ਤੋੜ ਵਿਛੋੜਾ ਕਰ ਦਿੱਤਾ, ਸਾਰੇ ਬਾਰਡਰ ਸੀਲ ਕਰ ਦਿੱਤੇ ਪੰਜਾਬ ਦੇ ਭਾਰਤ ਸਰਕਾਰ ਨੇ, ਅਤੇ ਇੱਧਰ ਗੁਰੂ ਸਾਹਿਬ ਜੀ ਦੇ ਮੁੱਠੀ ਭਰਦੇ ਮਰਜੀਵੜੇ ਸਿੰਘ। ਜਦੋਂ ਉਹ ਵਾਕਿਆ ਪੜ੍ਹਦੇ ਹਾਂ, ਜਦੋਂ ਉਹ ਯਾਦ ਕਰਦੇ ਹਾਂ, ਅੱਖੀ ਡਿੱਠਾ ਹਾਲ, ਕਿਉਂਕਿ ਮੇਰੇ ਮਾਤਾ ਜੀ ਲਾਸਟ 5 ਜੂਨ ਨੂੰ ਉੱਥੋਂ ਨਿਕਲੇ, ਮੈਂ 2 ਜੂਨ ਨੂੰ ਆਪਣੇ ਦਾਦੀ ਜੀ ਦੇ ਨਾਲ ਉੱਥੋਂ ਆ ਗਈ, ਜਿਹਨਾਂ ਕਰਫਿਊ ਵਿੱਚ ਢਿੱਲ ਦਿੱਤੀ। ਇੱਕ ਵਾਰ ਚਮਕੌਰ ਦੀ ਗੜੀ ਦੀਆਂ ਯਾਦਾਂ ਤਾਜ਼ੀਆਂ ਕਰਾ ਦਿੱਤੀਆਂ। ਸਰੀਰਕ ਰੂਪ ਵਿੱਚ ਅਸੀਂ ਘੱਲੂ ਘਾਰੇ ਨਹੀਂ ਦੇਖੇ ਪੁਰਾਣੇ, ਅਸੀਂ ਚਮਕੌਰ ਦੀ ਗੜੀਆਂ ਦੇ ਜੰਗ ਆਪਣੀਆਂ ਅੱਖਾਂ ਨਾਲ ਇਹਨਾਂ ਨਾਲ ਨਹੀਂ ਦੇਖੇ, ਪਰ ਮੈਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਮਾਣ ਨਾਲ ਕਹਿ ਸਕਦੀ ਹਾਂ ਕਿ 6 ਜੂਨ ਵਾਲਾ ਘੱਲੂ ਘਾਰਾ ਅਸੀਂ ਇਹਨਾਂ ਅੱਖਾਂ ਨਾਲ ਦੇਖਿਆ। ਅੱਜ ਦੇ ਯੁੱਗ ਦੇ ਵਿੱਚ ਗੁਰੂ ਦੀ ਕਿਰਪਾ ਵਾਲੇ ਉਹ ਸਿੰਘ, ਜਿਵੇਂ ਜਿਵੇਂ 6 ਜੂਨ ਦਾ ਦਿਨ ਨੇੜੇ ਆਉਂਦਾ ਸੀ, ਇੰਨਾ ਚਾਅ ਸਿੰਘਾਂ ਨੇ ਨਵੇਂ ਚੋਲੇ ਪਾਏ, ਨਵੀਆਂ ਦਸਤਾਰਾਂ ਸਜਾਈਆਂ, ਔਰ ਇੰਨਾ ਚਾਹ ਇੱਕ ਦੂਜੇ ਨੂੰ ਮਖੌਲ ਕਰਨ ਵੀ ਤੇਰੇ ਗੋਲੀ ਪਹਿਲਾਂ ਆਉਣੀ ਹੈ, ਤੇਰਾ ਮੋਰਚਾ ਲੱਗ ਗਿਆ, ਤੂੰ ਤਾਂ ਪਹਿਲਾਂ ਫੁੜ ਕੇ ਜਾਣਾ। ਇੰਨੇ ਮਜ਼ਾਕ ਇੱਕ ਦੂਜੇ ਨੂੰ ਕਰਨ, ਕੋਈ ਭੈ ਨਹੀਂ, ਕੋਈ ਮੌਤ ਦਾ ਭੈ ਨਹੀਂ, ਇੱਕੋ ਹੀ ਇੱਕ ਅੰਦਰ ਹੁਲਾਸ, ਇੱਕੋ ਹੀ ਇੱਕ ਦੂਜੇ ਦੇ ਨਾਲ ਬਾਤਾਂ,
ਕਿ ਮਰਨਾ ਤਾਂ ਹੈ, ਸ਼ਹੀਦੀ ਤਾਂ ਅਟਲ ਹੈ, ਪਰ ਜਦੋਂ ਜਾਈਏ ਘੱਟੋ ਘੱਟ 14-15 ਨੂੰ ਨਾਲ ਲੈ ਕੇ ਜਾਈਏ, ਇਕੱਲੇ ਨਹੀਂ ਜਾਣਾ। ਪੰਥਕ ਜਜ਼ਬੇ ਦੀ ਗੱਲ ਹੋ ਰਹੀ ਸੀ, ਪੰਥਕ ਜਜ਼ਬਾ ਇੰਨਾ ਸਿੱਖੀ ਨਾਲ ਪਿਆਰ ਕਿ ਪਰਿਵਾਰ ਤਾਂ ਫਿਰ ਭੁੱਲ ਜਾਂਦਾ। ਗਿਆਨੀ ਭਾਈ ਗਜਿੰਦਰ ਸਿੰਘ ਹੋਣਾ ਦੀ ਵੀ ਉਹੀ ਅਵਸਥਾ ਹੋ ਗਈ ਸੀ, ਪਰਿਵਾਰ ਪਿੱਛੇ ਰਹਿ ਜਾਂਦਾ। ਮੈਨੂੰ ਯਾਦ ਆ, ਅਸੀਂ ਜਦੋਂ ਜਾਣਾ ਅੰਮ੍ਰਿਤਸਰ ਸਾਹਿਬ ਛੋਟੇ ਛੋਟੇ ਸੀ, ਤਾਂ ਜਿਹੜਾ ਗੁਰੂ ਰਾਮਦਾਸ ਲੰਗਰ ਦੇ ਲਾਗੇ ਕਮਰਾ ਸੀ ਮੇਰੇ ਪਿਤਾ ਜੀ ਦਾ, ਜਿੱਥੇ ਬੈਠੇ ਹੁੰਦੇ ਸੀ, ਦੇਖ ਕੇ ਤਾਂ ਦੂਰੋਂ ਪੁੱਛਣਾ ਗੁਰੂ ਰਾਮਦਾਸ ਦੇ ਘਰ ਦਰਸ਼ਨ ਇਸ਼ਨਾਨ ਕਰਕੇ ਆਓ, ਫਿਰ ਸੰਤ ਮਹਾਂਪੁਰਸ਼ਾਂ ਦੇ ਦਰਸ਼ਨ ਕਰੋ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਉਹਨਾਂ ਦੇ ਤੀਜੇ ਨੰਬਰ 'ਤੇ ਮੇਰੇ ਕੋਲ ਆਉਣਾ। ਜੇ ਉਹ ਨਹੀਂ ਕੀਤਾ ਤਾਂ ਉੱਠੋ ਇੱਥੋਂ, ਪਹਿਲਾਂ ਜਾ ਕੇ ਦਰਸ਼ਨ ਕਰਕੇ ਆਓ, ਫਿਰ ਮੇਰੇ ਕੋਲ ਆਉਣਾ। ਆਪਣੇ ਆਪ ਨੂੰ ਪਹਿਲ ਨਹੀਂ, ਪਰਿਵਾਰ ਨੂੰ ਪਹਿਲ ਨਹੀਂ, ਕੋਈ ਮੋਹ ਨਹੀਂ। ਮੈਨੂੰ ਯਾਦ ਹੈ ਕਿ ਜਦੋਂ ਲਾਸਟ ਸਾਨੂੰ ਮਿਲੇ ਨੇ 2 ਜੂਨ ਨੂੰ, ਮੇਰੀ ਬਾਂਹ ਮੇਰੇ ਦਾਦੀ ਜੀ ਨੂੰ ਫੜਾ ਕੇ ਕਹਿਣ ਲੱਗੇ ਤੁਸੀਂ ਘਰ ਚਲੇ ਜਾਓ, ਸਿੰਘ ਦੀ ਇੱਕ ਦੀ ਡਿਊਟੀ ਲਾਈ ਕਿ ਕਰਫਿਊ ਫਿਰ ਲੱਗ ਜਾਣਾ, ਤੁਸੀਂ ਘਰ ਨੂੰ ਚਲੇ ਜਾਓ। ਮੈਂ ਉਹਨਾਂ ਦੇ ਚੋਲੇ ਦੀ ਕੰਨੀ ਫੜ ਲਈ, ਛੋਟੀ ਸੀ, ਮੈਨੂੰ ਸਮਝ ਨਹੀਂ ਸੀ ਇਹਨਾਂ ਗੱਲਾਂ ਦੀ, ਤਾਂ ਮੈਂ ਕਹਿਣ ਲੱਗੀ ਕਿ ਮੈਂ ਨਹੀਂ ਜਾਣਾ, ਮੈਂ ਇੱਥੇ ਹੀ ਪੜ੍ਹਨਾ। ਅਤੇ ਮੇਰੇ ਸਿਰ 'ਤੇ ਹੱਥ ਫੇਰ ਕੇ ਕਹਿਣ ਲੱਗੇ, ਜੇ ਗੁਰੂ ਪਾਤਸ਼ਾਹ ਨੇ ਚਾਹਿਆ ਤਾਂ ਤੁਸੀਂ ਬਹੁਤ ਪੜ੍ਹੋਗੇ। ਮੇਰੀ ਭੈਣ ਇੱਕ ਵਾਰੀ ਛੋਟੀ ਸੀ, ਪਿਤਾ ਜੀ ਪ੍ਰੈਸ ਕਾਨਫਰੰਸ ਕਰ ਰਹੇ ਸਨ, ਉਹ ਰੋਣ ਲੱਗ ਗਈ, ਕਹਿੰਦੀ ਮੈਂ 5 ਰੁਪਏ ਦਾ ਨੋਟ ਲੈਣਾ, 5 ਰੁਪਈਏ ਲੈਣੇ। ਉਦੋਂ 5 ਰੁਪਈਆਂ ਦੀ ਬੜੀ ਗੱਲ ਹੁੰਦੀ ਸੀ, ਧਿਆਨ ਨਹੀਂ ਦਿੱਤਾ ਉਹਨਾਂ ਨੇ, 10-15 ਮਿੰਟ ਰੋਈ ਗਈ, ਕੋਈ ਧਿਆਨ ਨਹੀਂ ਦਿੱਤਾ। ਜਦੋਂ ਵੇਖਿਆ ਵੀ ਜਦੋਂ ਬੱਚਾ ਵੇਖੇ ਕਿ ਮੇਰੇ ਵੱਲ ਨਹੀਂ ਅਟਰੈਕਟ ਹੋ ਰਿਹਾ, ਹੋਰ ਉੱਚੀ ਰੋਂਦਾ, ਉਹ ਹੋਰ ਉੱਚੀ ਰੋਣ ਲੱਗ ਗਈ ਵੀ ਮੇਰੇ ਵੱਲ ਧਿਆਨ ਨਹੀਂ ਦੇ ਰਹੇ, ਅਤੇ ਦੋਵੇਂ ਜੇਬਾਂ ਪੈਸਿਆਂ ਨਾਲ ਭਰੀਆਂ ਪਿਤਾ ਜੀ ਦੀਆਂ। ਉਹ ਜਦੋਂ ਹੋਰ ਉੱਚੀ ਰੋਣ ਲੱਗ ਗਈ, ਉਹਨਾਂ ਨੇ ਵੇਖਿਆ ਵੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਅਤੇ ਇਹ ਇੰਟਰਪਟ ਕਰ ਰਹੀ ਹੈ, ਉਹਨਾਂ ਨੇ ਆਪਣੀ ਜੇਬ 'ਚ 5 ਦਾ ਨੋਟ ਕੱਢਿਆ ਉਹਦੇ ਹੱਥ 'ਚ ਫੜਾ ਤਾ। ਉਹਨੇ ਚਿਰ ਨੂੰ ਵਿਚਾਰੀ ਉਹ ਹੰਭ ਕੇ ਅੱਧਾ ਘੰਟਾ ਹੋ ਗਿਆ ਸੀ, ਰੋ ਰੋ ਕੇ ਉੱਥੇ ਹੀ ਸੌਂ ਗਈ। ਪ੍ਰੈਸ ਕਾਨਫਰੰਸ ਕੰਪਲੀਟ ਕੀਤੀ, ਜਦੋਂ ਸਾਰੇ ਪੱਤਰਕਾਰ ਡੈਲੀਗੇਟ ਉੱਠ ਕੇ ਚਲੇ ਗਏ, ਤਾਂ ਉਹਦੇ ਹੱਥ 'ਚੋਂ ਹੌਲੀ ਜਿਹੀ 5 ਦਾ ਨੋਟ ਕੱਢਿਆ, ਸੁੱਤੀ ਦੇ ਵਾਪਸ ਜੇਬ 'ਚ ਪਾ ਲਿਆ। ਗੜਵਈ ਸਿੰਘ ਸੀ ਕੋਲੇ ਕਹਿਣ ਲੱਗੇ, ਭਾਈ ਸਾਹਿਬ ਇਹ ਤੁਸੀਂ ਕੀ ਕੀਤਾ, ਬੱਚਿਆਂ ਨੂੰ ਤਾਂ ਪਿਤਾ ਜਿਹੜੇ ਬੁੱਕ ਭਰ ਭਰ ਕੇ ਦਿੰਦੇ ਨੇ, ਤੁਸੀਂ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇੱਕ 5 ਦਾ ਨੋਟ ਦਿੱਤਾ ਅਤੇ ਬੱਚਾ ਸੁੱਤਾ ਅਤੇ ਤੁਸੀਂ ਉਹਦੇ ਹੱਥ 'ਚੋਂ ਖੋ ਕੇ ਵਾਪਸ ਜੇਬ 'ਚ ਪਾ ਲਿਆ, ਮੈਨੂੰ ਇਹ ਚੰਗਾ ਨਹੀਂ ਲੱਗਾ। ਅੱਖਾਂ ਲਾਲ ਕਰਕੇ ਉਹਨੂੰ ਕਹਿਣ ਲੱਗੇ, ਤੈਨੂੰ ਸ਼ਰਮ ਹੈਗੀ? ਮੈਨੂੰ ਦੁੱਖ ਹੋਇਆ ਮੇਰੇ ਨਾਲ ਕਿੱਡੀ ਨਿੱਕੀ ਸੋਚ ਵਾਲੇ ਬੰਦੇ ਤੁਰੇ ਫਿਰਦੇ ਆ, ਤੂੰ ਮੈਨੂੰ ਗੁੰਮਰਾਹ ਕਰਦਾ, ਮੈਨੂੰ ਇਮੋਸ਼ਨਲ ਕਰਦਾ। ਕਹਿੰਦੇ ਇਹ ਪੈਸੇ ਮੇਰੇ ਬੱਚਿਆਂ ਦੇ ਆ, ਇਹ ਕੌਮ ਦੇ ਪੈਸੇ ਆ, ਇਹ ਕੌਮ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਕੌਮ ਦਾ ਘਰ ਬਣਾਉਣ ਲਈ ਦਿੱਤੇ ਆ, ਇਹ ਕੌਮੀ ਸੰਘਰਸ਼ ਲਈ ਪੈਸੇ ਆ, ਮੈਂ ਨਹੀਂ ਚਾਹੁੰਦਾ ਕਿ ਮੇਰਾ ਇਹ ਜ਼ਹਿਰ ਮੇਰੇ ਬੱਚਿਆਂ ਦੇ ਹੱਥ ਤੱਕ ਜਾਵੇ। ਜੇ ਇਹਨਾਂ 'ਚ ਮੇਰਾ ਖੂਨ ਹੋਊ, ਜੇ ਇਹਨਾਂ 'ਚ ਮੇਰੇ ਸੰਸਕਾਰ ਹੋਣਗੇ, ਇਹ ਵਾਧੂ ਕਮਾ ਲੈਣਗੇ। ਸੋ ਐਸੇ ਸਨ ਉਹਨਾਂ ਦੇ ਕੌਮੀ ਜਜ਼ਬਾਤ। ਗੱਲਾਂ ਤਾਂ ਕਰਨ ਵਾਲੀਆਂ ਰਾਣਾ ਜੀ ਬਹੁਤ ਨੇ, ਭਾਵੇਂ ਕਿਉਂਕਿ ਬੱਚਿਆਂ ਨੂੰ ਵੀ ਕਦੀ ਬਾਪ ਭੁੱਲਦੇ ਆ, ਪਰ ਕਿਉਂਕਿ ਸਮਾਂ ਸੀਮਤ ਹੈ, ਮਹਾਂਪੁਰਸ਼ ਬੈਠੇ ਨੇ, ਮੈਂ ਖਿਮਾ ਚਾਹੁੰਦੀ ਹਾਂ ਉਹਨਾਂ ਤੋਂ, ਸ਼ਾਇਦ ਜ਼ਿਆਦਾ ਸਮਾਂ ਲੈ ਗਈ। ਸਾਡੇ ਦੁੱਖ ਸੁੱਖ ਦੇ ਹਾਮੀ ਭਰਨ ਵਾਲੇ, ਅਤੇ ਜਦੋਂ ਵੀ ਸਾਨੂੰ ਕੋਈ ਦੁੱਖ ਤਕਲੀਫ ਹੋਣੀ, ਮੇਰੇ ਮਾਤਾ ਜੀ ਨੇ ਸਾਨੂੰ ਉਂਗਲੀ ਲਾਉਣਾ। ਜਿਹੜਾ ਬਿਖੜਾ ਸਮਾਂ ਆਇਆ 84 ਤੋਂ ਬਾਅਦ, ਚਲੋ ਬਾਬਾ ਠਾਕਰ ਸਿੰਘ ਜੀ ਕੋਲੇ ਚੱਲੀਏ, ਚਲੋ ਬਾਬਾ ਦਇਆ ਸਿੰਘ ਜੀ ਸਾਹਿਬ ਕੋਲੇ ਚੱਲੀਏ, ਸੁਰ ਸਿੰਘ ਚੱਲੀਏ, ਜਾਂ ਬਾਬਾ ਕੋਲਾ ਸਿੰਘ ਜੀ ਕੋਲੇ ਚੱਲੀਏ, ਇਹੀ ਸਾਡੇ 3 ਮਾਰਗ ਦਰਸ਼ਨ ਸਨ ਉਸ ਵੇਲੇ। ਅਤੇ ਇਹਨਾਂ ਦੇ ਉਹ ਟਾਸਲੇ ਦੇ ਨਾਲ ਗੁਰੂ ਸਾਹਿਬ ਜੀ ਨੇ ਸਾਨੂੰ ਲੜ ਲਾ ਦਿੱਤਾ, ਅਤੇ ਉਹ ਔਖਾ ਸਮਾਂ ਮਹਾਰਾਜ ਨੇ ਆਪ ਕਢਵਾ ਲਿਆ। ਗੁਰੂ ਕਿਰਪਾ ਕਰੇ, ਬਖਸ਼ਿਸ਼ਾਂ ਕਰੇ, ਉਹਨਾਂ ਮਹਾਨ ਸ਼ਹੀਦਾਂ ਦੀ ਜਿਹੜੀ ਸ਼ਹਾਦਤ ਦੀ ਚਿੰਗਾਰੀ ਹੈ, ਉਹ ਅੱਜ ਦੀ ਨੌਜਵਾਨੀ ਪੀੜ੍ਹੀ ਦੇ ਦਿਲਾਂ ਵਿੱਚ ਵੀ ਬਲਦੀ ਰਹੇ, ਤਾਂ ਕਿ ਉਹਨਾਂ ਦੇ ਮਨੋਰਥ ਸਫਲੇ ਹੋ ਸਕਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸਨ ਬੀਬਾ ਸਤਵੰਤ ਕੌਰ ਜੀ, ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬੱਚੀ, ਜਿਹਨਾਂ ਨੇ ਬਹੁਤ ਸਾਰਾ ਦਰਦ ਆਪਣੇ ਦਿਲ 'ਤੇ ਹੰਡਾਇਆ, ਆਪਣੇ ਹੱਡਾਂ 'ਤੇ ਹੰਡਾਇਆ, ਪੂਰੇ ਪਰਿਵਾਰ ਨੇ। ਜਦੋਂ ਬੋਲਦੇ ਸੀ ਜੀ ਕਰਦਾ ਸੁਣੀ ਜਾਈਏ, ਮੇਰਾ ਪੁਰਾਣਾ ਨਾਤਾ, ਜਦੋਂ ਮੈਂ ਇੰਟਰਵਿਊ ਕੀਤੀ ਸੀ ਉਦੋਂ ਵੀ ਇੱਦਾਂ ਹੀ ਜੀ ਕਰਦਾ ਸੁਣੀ ਜਾਈਏ। ਤਕਰੀਬਨ ਘੰਟੇ ਤੋਂ ਜ਼ਿਆਦਾ ਇੰਟਰਵਿਊ ਸੀ, ਪਰ ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਲੈ ਗਈਆਂ ਸਨ। ਪਰ ਸੋਚਦਿਆਂ ਫਿਰ ਸਮਾਂ ਆਪਾਂ ਕਦੇ ਜੇ ਇਹਨਾਂ ਦੀ ਇਸੇ ਫੇਰੀ 'ਚ ਇੱਕ ਸਮਾਂ ਹੋਰ ਸੈਮੀਨਾਰ ਟਾਈਪ ਕਰਾਂਗੇ ਆਪਾਂ, ਜੇ ਗੁਰੂ ਮਹਾਰਾਜ ਦੀ ਕਿਰਪਾ ਕੀਤੀ ਤਾਂ ਸੁਣਾਂਗੇ ਸਾਰਾ ਕੁਛ। ਔਰ ਜਿਹੜੀ ਗੱਲ ਉਹਨਾਂ ਸ਼ਹੀਦ ਭਾਈ ਅਮਰੀਕ ਸਿੰਘ ਬਾਰੇ ਕੀਤੀ ਤਾਂ ਮੈਨੂੰ ਨੇੜੇ ਉਹਨਾਂ ਦੇ ਰਹਿਣ ਦਾ ਮੌਕਾ ਮਿਲਿਆ, ਇੰਨਾ ਕੁ ਨੇੜੇ ਕਿ ਗੁਰਦਾਸਪੁਰ ਦੀ ਜੇਲ੍ਹ 'ਚ ਵੀ ਮੈਂ ਉਹਨਾਂ ਦੇ ਨੇੜੇ ਰਿਹਾ। ਔਰ ਉਹ ਗੁਰਦੁਆਰਾ, ਉਹ ਮੰਦਰ, ਔਰ ਉਹਨਾਂ ਤੋਂ ਬਾਅਦ 'ਚ ਜਦੋਂ ਉੱਥੋਂ ਚਲੇ ਗਿਆ ਤਾਂ ਰਿਹਾਈ ਵੀ ਹੋ ਗਈ। ਉਦੋਂ ਬਾਅਦ 'ਚ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲੇ ਔਰ ਕੁਲਦੀਪ ਸਿੰਘ ਵਡਾਲਾ ਜੀ, ਤਕਰੀਬਨ 550 ਬੰਦਾ ਸੀ ਵੈਸੇ ਪੂਰੇ ਪੰਜਾਬ 'ਚ, ਸਭ ਤੋਂ ਛੋਟੀ ਉਮਰ ਦਾ ਮੈਚ ਹੋ ਸੀ। ਅਸੀਂ ਉੱਥੇ ਖੰਡ ਪਾਠਾਂ ਲੇੜੀ ਉਸੇ ਗੁਰਦੁਆਰੇ ਜਿਹੜਾ ਗੁਰਦੁਆਰਾ ਭਾਈ ਅਮਰੀਕ ਸਿੰਘ ਜੀ ਬਣਾ ਕੇ ਗਏ ਸਨ, ਬਾਬਾ ਥਾਰਾ ਸਿੰਘ ਬਣਾ ਕੇ ਗਏ ਸਨ, ਉਸੇ ਗੁਰਦੁਆਰੇ 'ਚ ਖੰਡ ਪਾਠਾਂ ਦੀ ਲੇੜੀ ਤੋਂ ਬਾਅਦ ਵੀ ਚਾਲੂ ਰੱਖੀ ਸੀ। ਔਰ ਸ਼ਾਇਦ ਜੇਲ੍ਹ ਦੀ ਸਾਂਝ ਕਹਿ ਲਓ ਕਿ ਜਦੋਂ ਫੈਡਰੇਸ਼ਨ 'ਤੇ ਔਖਾ ਸਮਾਂ ਆਇਆ ਅਤੇ ਭਾਈ ਅਮਰੀਕ ਸਿੰਘ ਜਿਹੜੀ 7 ਮੈਂਬਰੀ ਪ੍ਰੈਜ਼ੀਡੈਂਟ ਪੈਨਲ ਬਣਾਈ ਸੀ ਨਾ, ਜਦੋਂ ਫੈਡਰੇਸ਼ਨ ਦੇ ਅੰਦਰ ਦੋ ਤਰ੍ਹਾਂ ਦਾ ਰੌਲਾ ਪੈ ਗਿਆ ਸੀ, ਇੱਕ ਗਰੁੱਪ ਹੋ ਗਿਆ ਹਰਮਿੰਦਰ ਸਿੰਘ ਸੰਧੂ ਦੇ ਖਿਲਾਫ ਖੜੇ ਹੋ ਗਿਆ, ਗੁਰਕਿਰਪਾਲ ਸਿੰਘ ਵੀ ਬਾਅਦ 'ਚ ਯੂਥ ਅਕਾਲੀ ਦਲ 'ਚ ਲੱਗਿਆ ਸੀਗੇ, ਔਰ ਜਿਹੜੀ 7 ਮੈਂਬਰੀ ਪ੍ਰੈਜ਼ੀਡੈਂਟ ਪੈਨਲ ਬਣਾਈ ਸੀ ਉਹਨਾਂ 'ਚ ਮੇਰਾ ਨਾਮ ਵੀ ਬੋਲਦਾ ਸੀਗਾ। ਇਹ ਗੱਲ ਕਿ ਮੈਂ ਕਦੀ ਉਹਦਾ ਵਰਤਿਆ ਨਹੀਂ ਬਹੁਤ, ਪਰ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਮੀਟਿੰਗਾਂ ਦੇ ਵਿੱਚ 7 ਮੈਂਬਰੀ ਪ੍ਰੈਜ਼ੀਡੈਂਟ ਪੈਨਲ ਦੇ ਵਿੱਚ ਮੈਨੂੰ ਬੈਠਣ ਦਾ ਮੌਕਾ ਮਿਲਦਾ ਰਿਹਾ, ਫੈਡਰੇਸ਼ਨ ਨੂੰ ਇੱਕ ਦੂਜੇ ਦੇ ਨੇੜੇ ਕਰਨ ਦੀ ਗੱਲ। ਔਰ ਮੈਨੂੰ ਸਾਂਝਾ ਯਾਦ ਆਉਂਦੀ ਜਦੋਂ ਭੈਣ ਜੀ ਬੋਲ ਰਹੇ ਸੀ, ਉਦੋਂ ਸਾਰੀਆਂ ਉਹ ਇਹ ਨੇੜਤਾ ਹਟਾਈ ਹੋਣ, ਅਤੇ ਫਿਰ ਗਜਿੰਦਰ ਸਿੰਘ ਦੀ ਨੇੜਤਾ, ਉਹਨਾਂ ਦੀ ਮੈਂ ਗੱਲ ਕਰ ਲਵਾਂ, ਕਰੋੜਾਂ ਰੁਪਏ ਗਜਿੰਦਰ ਸਿੰਘ ਦੇ ਹੱਥਾਂ 'ਚੋਂ ਨਿਕਲੇ 43 ਸਾਲਾਂ 'ਚ, ਪਰ 2 ਮਰਲੇ ਜ਼ਮੀਨ ਗਜਿੰਦਰ ਸਿੰਘ ਦੇ ਨਾਂ 'ਤੇ ਨਹੀਂ ਮਿਲਦੀ ਦੁਨੀਆ ਭਰ ਦੇ ਵਿੱਚ। ਇਹ ਆ ਸ਼ਹੀਦਾਂ ਦੀ ਗੱਲ, ਭਾਈ ਅਮਰੀਕ ਸਿੰਘ ਵੀ ਉਹ ਗੱਲ ਭੈਣ ਜੀ ਆ ਕੇ ਕਿਹਾ, ਅਤੇ ਇਹ ਗੱਲ ਗਜਿੰਦਰ ਸਿੰਘ 2 ਮਰਲੇ ਜ਼ਮੀਨ ਉਹਨਾਂ ਦੇ ਨਾਂ 'ਤੇ ਹੋਏਗੀ, ਕਰੋੜਾਂ ਰੁਪਏ 43 ਸਾਲਾਂ 'ਚ ਉਹਨਾਂ ਦੇ ਹੱਥਾਂ ਨਿਕਲੇ ਹੋਣਗੇ ਸੰਘਰਸ਼ ਲਈ, ਪਰ 2 ਮਰਲੇ ਜ਼ਮੀਨ ਨਹੀਂ। ਇਹੀ ਭਾਈ ਅਮਰੀਕ ਸਿੰਘ ਦੀ ਗੱਲ, ਇਹ ਉਹਨਾਂ ਨੇ ਸਾਨੂੰ ਇੱਥੇ ਸਿਰ ਉੱਚੇ ਕਰਕੇ ਤੁਰਨ ਜੋਗਾ ਖੜਾ ਕੀਤਾ। ਮੈਂ ਬੇਨਤੀ ਕਰਾਂ ਗੁਰਜੰਟ ਸਿੰਘ ਜੀ ਕਵੀਸ਼ਰ, ਬੇਨਤੀ ਹੋਈ ਹੈ ਪ੍ਰਬੰਧਕ ਨੂੰ 1 ਹਫ਼ਤਾ ਬਸ, ਆਪਾਂ ਉਦੋਂ ਬਾਅਦ 'ਚ ਬਾਬਾ ਜੀ ਸੰਬੋਧਨ ਹੋਣਗੇ, ਬਾਬਾ ਅਵਤਾਰ ਸਿੰਘ ਜੀ, ਬਾਬਾ ਵਿਧੀ ਚੰਦ ਸੰਪਰਦਾਇ, ਗੁਰੂ ਹਰਗੋਬਿੰਦ ਸਾਹਿਬ ਤੋਂ ਵਰਸਾਈ ਹੋਈ ਹੈ ਬਹੁਤ ਵੱਡੀ ਸੰਪਰਦਾਇ, ਇਕੱਲੇ ਬਾਬਾ ਵਿਧੀ ਚੰਦ ਹੀ ਨਹੀਂ, ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਬਾਬਾ ਲਾਲ ਚੰਦ ਜੀ ਭੰਗਾਣੀ ਦਾ ਯੁੱਧ ਲੜੇ ਸਨ, ਦੋਨਾਂ ਦੇ ਪੁੱਤਰ ਗੁਰਦਿਆਲ ਚੰਦ ਜੀ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਅੰਮ੍ਰਿਤ ਛਕੇ ਗੁਰਦਿਆਲ ਸਿੰਘ ਬਣੇ ਸਨ, ਉਹ ਸੀਨਾ ਪਸੀਨਾ ਚੱਲਦੀ ਆ ਰਹੀ ਸਨ ਸਭ, ਜਿਹਨੂੰ ਦੁਬਾਰਾ ਬਾਬਾ ਸੋਹਨ ਸਿੰਘ ਨੇ ਖੜਾ ਕੀਤਾ, ਬਾਬਾ ਦਇਆ ਸਿੰਘ ਨੇ ਖੜਾ ਕੀਤਾ, ਔਰ ਨਵੀਆਂ ਬੁਲੰਦੀਆਂ ਬਖਸ਼ੀਆਂ ਉਹ ਸੰਪਰਦਾ ਦੇ ਮੁਖੀ ਬੈਠੇ ਨੇ। ਸੋ ਆਪਾਂ ਉਹਨਾਂ ਨੂੰ ਸੁਣਨਾ ਹੈ, ਪਰ ਉਦੋਂ ਪਹਿਲਾਂ ਸਿਰਫ 1 ਕਵਿਤਾ ਭਾਈ ਗੁਰਜੰਟ ਸਿੰਘ ਜੀ ਕਵੀਸ਼ਰ। ਸਦਾ ਨਾ ਦੇਵਾ ਬੋਲਣਾ ਰਹੂ ਨਾ ਨੈਣੀ ਜੋਤ, ਕੰਬੂਗਾ ਸਿਰ ਬੈਂਕੀਆ ਹੋ ਜੂ ਘੱਟ ਸਰੋਤ, ਅਣਖੀ ਬਲੀ ਬਹਾਦਰ ਸੂਰੇ ਜਣੇ ਪੰਜਾਬੀ ਮਾਈਆਂ, ਧੁਰ ਦੁਰਗਾਹੋਂ ਬਖਸ਼ੀਆਂ ਰੂਹਾਂ ਗੁਰਾਂ ਨੇ ਆਪ ਗਲਾਈਆਂ, ਐਸੇ ਗੁਰਮੁਖ ਪਿਆਰੇ ਆਵਣ ਲੈ ਸ਼ਕਤੀ ਰੋਹਾਨੀ, ਜਲਾਵਤਨੀ ਪਾਈ ਗਜਿੰਦਰ ਸਿੰਘ ਦੀ ਅਮਰ ਰਹੂ ਕੁਰਬਾਨੀ, ਅਣਖੀ ਬਲੀ ਬਹਾਦਰ ਸੂਰੇ ਜਣੇ ਪੰਜਾਬੀ ਮਾਈਆਂ, ਧੁਰ ਦੁਰਗਾਹੋਂ ਬਖਸ਼ੀਆਂ ਰੂਹਾਂ